ਮੈਂ ਤਾਂ ਰੋਟੀ ਚੱਪ ਕੇ ਵੀ ਚੱਪਦੇ ਨਹੀਂ ਤੇ ਰੋਟੀ ਪਾ ਕੇ ਬੁੱਟੇ ਉਹਦੇ ਲਈ ਵੀ ਰੱਖਿਆ ਤਿੰਨ ਜਾਣੇ ਇੱਧਰ ਰੱਖੇ ਤਿੰਨ ਜਾਣੇ ਇੱਧਰ ਰੱਖੇ ਚੱਪ ਕੇ ਦੋ ਆਪਾਂ ਉਹ ਫਿਰ ਆਪਾਂ ਗੋਲ ਗੱਪੇ ਮੂਵੀ ਸਾਈਨ ਕਰ ਲਈ ਕਿ ਆਪਾਂ ਨੂੰ ਗੋਲ ਗੱਪੇ ਦਾ ਇੰਨਾ ਸ਼ੌਂਕ ਹੈ ਇਹਨਾਂ ਤੋਂ ਗਾਣ ਵਾਲਾ ਇੱਕ ਬੰਦਾ ਮੈਂ ਦੇਖਿਆ ਗਾਣ ਵਾਲਾ ਪ੍ਰੋਡਿਊਸਰ ਤੁਰਿਆ ਫਿਰਦਾ ਸੀ ਮੈਂ ਕਿਹਾ ਪੈਸੇ ਪੂਸੇ ਨਾ ਕਹਿੰਦਾ ਮੈਨੂੰ ਸਟੈਚੀ ਦਿਖਾਇਆ ਉਹਨੇ ਆ ਵਿੱਚ ਗੋਲ ਗੱਪੇ ਰੱਖੇ ਕਹਿੰਦਾ ਉਹਨੇ ਸਾਈਨ ਕਰ ਦੇਣੀ ਹੈ ਬਚਪਨ ਦਾ ਕਿਹੜਾ ਕੰਮ ਨਹੀਂ ਸੀ ਜਦੋਂ ਹਾਲ ਨਹੀਂ ਪੈਂਦਾ ਸੀਗਾ ਐ ਹੁੰਦਾ ਸੀ ਖੇਡਣ ਦਿਓ ਕਿਉਂ ਕੁਛ ਵੀ ਕੋਈ ਵੀ ਕੰਮ ਕਹਿੰਦੇ ਸੀ ਹਰੇਕ ਕੰਮ ਨੂੰ ਹਾਲ ਪੈਂਦਾ ਸੀ ਘਰਦਿਆਂ ਦਾ ਕੰਮ ਕਰਨਾ ਕਿਹਨੂੰ ਵਧੀਆ ਲੱਗਦਾ ਵਿੱਚ ਜਦੋਂ ਜ਼ਿੰਮੇਵਾਰੀਆਂ ਪੈਂਦੀਆਂ ਨੇ ਜਦੋਂ ਬਲਦ ਵਾਂਗੂ ਪੰਜਾਲੀ ਤੁਹਾਡੇ ਗਲ 'ਚ ਪੈ ਜਾਂਦੀ ਉਹ ਹਿੰਦੀ ਫਿਲਮਾਂ ਤੁਸੀਂ ਦੇਖਿਆ ਹੋਣਾ ਵੀ ਚਾਕੂ ਚੂਕੂ ਕੱਢ ਕੇ ਚਾਕੂ ਇੱਧਰ ਚਾਕੂ ਇੱਧਰ ਪਾਸੇ ਪਿਸਤੌਲ ਕਿਸੇ ਦੀ ਲੱਤ ਤੋੜਤੀ ਕਿਸੇ ਦੀ ਬਾਂਹ ਤੋੜਤੀ ਅਸੀਂ ਇੱਥੇ ਐਸੀ ਇੱਥੇ ਵਿਚਾਰਾ ਬਣ ਲਿਆ ਹੈਲੋ ਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਨੈਕਟ ਫਿਲਮ ਕੈਨੇਡਾ ਅਤੇ ਮੈਂ ਹਾਂ ਐਵੀਗਾਬਾ ਸ਼ੋਅ ਦਾ ਨਾਮ ਹੈ ਦਿਲ ਖੋਲ ਕੇ ਬੋਲ ਅੱਛਾ ਯਾਰ ਆਲਮੋਸਟ ਸਾਨੂੰ ਸਾਰਿਆਂ ਨੂੰ ਨਾ ਗੋਲ ਗੱਪੇ ਬਹੁਤ ਪਸੰਦ ਹੁੰਦੇ ਆ ਕਿਸੇ ਨੂੰ ਖੱਟੇ ਕਿਸੇ ਨੂੰ ਮਿੱਠੇ ਅਤੇ ਕਿਸੇ ਨੂੰ ਤਿੱਖੇ ਅਤੇ ਜਿਹੜੀ ਫਿਲਮ ਆ ਰਹੀ ਹੈ ਨਾ 17 ਫੈਬ ਨੂੰ ਉਸਦਾ ਨਾਮ ਵੀ ਹੈ ਗੋਲ ਗੱਪੇ ਅਤੇ ਇਹ ਵੀ ਥੋੜ੍ਹੀ ਖੱਟੀ ਮਿੱਠੀ ਜਿਹੀ ਫਿਲਮ ਹੈ ਅਤੇ ਇਸਦੀ ਸਟਾਰ ਕਾਸਟ ਸਾਡੇ ਨਾਲ ਹੈ ਇਹ ਹੈ ਨਾ ਢਿੱਲੋ ਬਿੰਨੂ ਢਿੱਲੋ ਨਵਨੀਤ ਢਿੱਲੋ ਐਂਡ ਰਜਤ ਬੇਦੀ ਜੀ ਪ੍ਰੋਡਿਊਸਰ ਰਜਤ ਬੇਦੀ ਢਿੱਲੋਆਂ ਦੀ ਫਿਲਮ ਹੈ ਐਂਡ ਪ੍ਰੋਡਿਊਸਰ ਰਜਤ ਬੇਦੀ ਇਹ ਵੀ ਆਪਣਾ ਨੌਂ ਢਿੱਲੋ ਰੱਖਣ ਲੱਗੇ ਨੇ ਫਿਲਮ ਜਰੂਰ ਨਜ਼ਰ ਮੈਂ ਵੀ ਕਹਿੰਦੇ ਕਿ ਢਿੱਲੋਆਂ ਦੀ ਫਿਲਮ ਅੱਛਾ ਇਹਦਾ ਨਾਂ ਇੱਦਾਂ ਵੀ ਹੋ ਸਕਦਾ ਹੈ ਤੂੰ ਮੇਰੀ ਬਿੱਲੋ ਮੈਂ ਤੇਰਾ ਢਿੱਲੋ ਹੋ ਸਕਦਾ ਹੋ ਸਕਦਾ ਉਹ ਗਾਣਾ ਨੈਕਸਟ ਅਨਾਉਂਸ ਕਰ ਰਿਹਾ ਅੱਛਾ ਤੁਹਾਡਾ ਕੈਰੈਕਟਰ ਹੈ ਜੱਗੀ ਕੰਮਚੋਰ ਹੈ ਨਾ ਮੈਂ ਸੁਣਿਆ ਤੁਸੀਂ ਇੰਨੇ ਕੰਮਚੋਰ ਹੋ ਤੁਸੀਂ ਨਹਾਉਣ ਤੋਂ ਬਾਅਦ ਪਿੰਡਾਂ ਪੁੰਜਣ ਦੇ ਲਈ ਤੁਸੀਂ ਫੋਨ ਤੇ ਸਹੇਲੀ ਦੇ ਨਾਲ ਗੱਲ ਕਰਨ ਦੇ ਲਈ ਤੇ ਰੋਟੀਆਂ ਦੀ ਬੁਰਕੀ ਤੋੜਨ ਦੇ ਲਈ ਵੀ ਬੰਦਾ ਰੱਖਿਆ ਹੋਇਆ ਇੱਕ ਮੈਂ 50 ਬੰਦੇ ਰੱਖੇ ਹੋਏ ਤੇ ਉਹਨਾਂ ਨੇ ਤੁਸੀਂ ਖਾਦਾ ਮੈਂ ਤਾਂ ਰੋਟੀ ਚੱਪ ਕੇ ਵੀ ਚੱਪਦੇ ਨਹੀਂ ਤੇ ਰੋਟੀ ਪਾ ਕੇ ਬੁੱਟੇ ਉਹਦੇ ਲਈ ਵੀ ਰੱਖਿਆ ਤਿੰਨ ਜਾਣੇ ਇੱਧਰ ਰੱਖੇ ਤਿੰਨ ਜਾਣੇ ਇੱਧਰ ਰੱਖੇ ਚੱਪ ਕੇ ਦੋ ਚੱਬੀ ਚਬਾਈ ਰੋਟੀ ਨਹੀਂ ਉਹ ਬੰਦਾ ਰੱਖ ਲਉਣਾ ਐ ਚੱਪ ਦੇ ਅੱਛਾ ਭਾਜੀ ਤੁਸੀਂ ਇੰਨੇ ਵਿਚਾਰੇ ਹੋ ਚੁੱਕੇ ਹੋ ਕਿ ਤੁਸੀਂ 5-star ਹੋਟਲ ਦੇ ਵਿੱਚ ਵੀ ਘੁੰਮਦੇ ਹੋ ਦੋ ਸਹੇਲੀਆਂ ਦੇ ਨਾਲ ਵੀ ਘੁੰਮਦੇ ਹੋ ਜਾਂ ਫਿਰ ਤੁਸੀਂ ਕਿਸੇ ਚੀਜ਼ ਦੇ ਬ੍ਰਾਂਡ ਐਂਬੈਸਡਰ ਵੀ ਬਣ ਜਾਓ ਤਾਂ ਵੀ ਲੋਕ ਤੁਹਾਨੂੰ ਵਿਚਾਰਾ ਕਹਿ ਦਿੰਦੇ ਆ ਪਾਲੀ ਵਿਚਾਰਾ ਹਾਂ ਮੈਂ ਪਾਲੀ ਵਿਚਾਰਾ ਜਿਹੜਾ ਮਾਰ ਖਾ ਕੇ ਨਾ ਪੂਰੀ ਫਿਲਮ 'ਚ ਜਿਹੜਾ ਆਉਂਦਾ ਮੇਰੀ ਰੇਲ ਕਰਕੇ ਜਾਂਦਾ ਇਹ ਭਾਜੀ ਇਹ ਜਿਹੜੇ ਮੈਨੂੰ ਛੱਡਦੇ ਥੋੜ੍ਹੀ ਨਾ ਪੂਰੀ ਫਿਲਮ 'ਚ ਘੁੱਟ ਘੁੱਟ ਕੇ ਮੈਨੂੰ ਸਿੱਧਾ ਰੱਖਿਆ ਹੋਇਆ ਬਾਈ ਉਹਨਾਂ ਦੀ ਬੜੀ ਰੇਲ ਬਣਾਈ ਹੈ ਜੀ ਸਾਰਿਆਂ ਨੇ ਦੇ ਵਿੱਚ ਤਾਂ ਕਰਕੇ ਇਹਨਾਂ ਦਾ ਰੋ ਵਿਚਾਰਾ ਰੱਖਿਆ ਅੱਛਾ ਮੈਨੂੰ ਲੱਗਦਾ ਕਿ ਤੁਸੀਂ ਦੋਨੋਂ ਹੀ ਖੱਪ ਕਰਦੇ ਹੋਣੇ ਆ ਤੁਸੀਂ ਦੋਨੇ ਨਹੀਂ ਤਾਂ ਸਾਰੇ ਟੱਪਰੀ ਖੱਪ ਸਾਰੇ ਹੈ ਪਰ ਨਹੀਂ ਜਿੱਦਾਂ ਹੁਣ ਨਵਨੀਤ ਜੀ ਆਏ ਹਨ ਜੀ ਸ਼ਾਂਤ ਬੈਠੇ ਮੈਨੂੰ ਲੱਗਦਾ ਮੈਂ ਬੋਲਦੀ ਨਹੀਂ ਮੈਨੂੰ ਕਹਿੰਦੇ ਮੈਂ ਬੋਲਦੀ ਨਹੀਂ ਤੁਸੀਂ ਹੁਣ ਥੋੜਾ ਤੁਸੀਂ ਸੁਣਿਆ ਨਹੀਂ ਤਾਂ ਹੁਣ ਇਹ ਵੈਕਿਊਮ ਨਹੀਂ ਹੁੰਦਾ ਇੱਕ ਵਾਰੀ ਬਣਿਆ ਹੋਇਆ ਤੁਸੀਂ ਬਲਾਸਟ ਹੁੰਦਾ ਦੇਖਿਓ ਇੱਕ ਵਾਰੀ ਪੁੱਛੋ ਤਾਂ ਸੀ ਗੱਲ ਇਹਨਾਂ ਤੋਂ ਕੋਈ ਅੱਛਾ ਮੈਂ ਸੁਣਿਆ ਕਿ ਤੁਸੀਂ ਫਿਲਮ ਇਸ ਲਈ ਸਾਈਨ ਕੀਤੀ ਹੈ ਕਿਉਂਕਿ ਤੁਹਾਨੂੰ ਸੀਗਾ ਕਿ ਉੱਥੇ ਜਾ ਕੇ ਸਾਨੂੰ ਰੋਜ਼ ਸੈੱਟ ਤੇ ਗੋਲ ਗੱਪੇ ਮਿਲੂਗੇ ਗੱਲ ਤਾਂ ਸਹੀ ਹੈ ਵੈਸੇ ਗੱਲ ਤਾਂ ਸਹੀ ਹੈ ਹਾਂ ਕਿਉਂਕਿ ਉਹ ਜਿਹੜਾ ਗੋਲ ਗੱਪੇ ਦਾ ਸ਼ੌਂਕ ਨਾ ਜਿਹੜਾ ਹੈਗਾ ਸਾਰੀਆਂ ਕੁੜੀਆਂ ਨੂੰ ਹੁੰਦਾ ਵੈਸੇ ਸਾਡੇ ਆਈ ਥਿੰਕ ਸੈੱਟ ਤੇ ਸਾਰਾ ਤੋਂ ਜ਼ਿਆਦਾ ਸ਼ੌਂਕ ਨਵਨੀਤ ਨੂੰ ਹੈ ਜੋ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਹੁਣ ਓਕੇ ਬਟ ਗੱਲ ਤਾਂ ਬਿਲਕੁਲ ਤੁਸੀਂ ਸਹੀ ਕੀਤੀ ਹੈ ਕਿ ਆਪਾਂ ਉਹ ਫਿਰ ਆਪਾਂ ਗੋਲ ਗੱਪੇ ਮੂਵੀ ਸਾਈਨ ਕਰ ਲਈ ਕਿ ਆਪਾਂ ਨੂੰ ਗੋਲ ਗੱਪੇ ਦਾ ਇੰਨਾ ਸ਼ੌਂਕ ਹੈ ਇਹਨਾਂ ਤੋਂ ਗਾਣ ਵਾਲਾ ਇੱਕ ਬੰਦਾ ਮੈਂ ਦੇਖਿਆ ਗਾਣ ਵਾਲਾ ਪ੍ਰੋਡਿਊਸਰ ਤੁਰਿਆ ਫਿਰਦਾ ਸੀ ਮੈਂ ਕਿਹਾ ਪੈਸੇ ਪੂਸੇ ਨਾ ਕਹਿੰਦਾ ਮੈਨੂੰ ਸਟੈਚੀ ਦਿਖਾਇਆ ਉਹਨੇ ਆ ਵਿੱਚ ਗੋਲ ਗੱਪੇ ਰੱਖੇ ਕਹਿੰਦਾ ਉਹਨੇ ਸਾਈਨ ਕਰ ਦੇਣੀ ਹੈ ਸਾਡੇ ਸਾਲ ਦੇ ਗੋਲਗੱਪੇ ਆ ਗਏ ਅੱਛਾ ਨਵਨੀਤ ਮੈਂ ਸੁਣਿਆ ਕਿ ਤੁਸੀਂ ਗੋਲਗੱਪੇ ਤੋਂ ਵੱਧ ਪਾਪੜੀ ਖਾ ਜਾਂਦੇ ਹੋ ਨਹੀਂ ਗੋਲਗੱਪੇ ਗੋਲਗੱਪੇ ਚੱਲ ਝੂਠਾ ਕਿੱਡਾ ਝੂਠਾ ਹੈ ਕਿੱਥੋਂ ਸੁਣਿਆ ਪਾਪੜੀ ਸਿਰਫ ਇੱਕ ਅੱਧੀ ਨਹੀਂ ਪਾਪੜੀ ਬਿਲਕੁਲ ਵੀ ਨਹੀਂ ਸਿਰਫ ਗੋਲ ਗੱਪੇ ਗੋਲ ਗੱਪੇ ਕੀ ਬਾਤ ਹੈ ਅੱਛਾ ਭਾਜੀ ਕੁਝ ਕੰਮ ਨਾ ਐਸੇ ਹੁੰਦੇ ਤੁਹਾਡਾ ਕੈਰੈਕਟਰ ਦਾ ਨਾਮ ਹੈ ਹੁਣ ਕੰਮਚੋਰ ਹੈ ਨਾ ਜੱਗੀ ਕੰਮਚੋਰ ਕੁਝ ਚੀਜ਼ਾਂ ਨਾ ਘਰ ਦੇ ਐਸੀਆਂ ਕਹਿ ਦਿੰਦੇ ਜਿਹਨੇ ਕਰਨ ਲੱਗਣਾ ਸਾਨੂੰ ਮੌਤ ਪੈ ਜਾਂਦੀ ਕਿ ਨਹੀਂ ਯਾਰ ਇਹ ਚੀਜ਼ ਨਹੀਂ ਆਪਾਂ ਕਰਨੀ ਹੈ ਨਾ ਕੋਈ ਐਸੇ ਕੰਮ ਹੈ ਜਿਸ ਨੂੰ ਕਰਦੇ ਤੁਹਾਨੂੰ ਹੌਲ ਪੈ ਜਾਂਦੇ ਹੁਣ ਕਿ ਯਾਰ ਇਹ ਕੰਮ ਨਹੀਂ ਮੈਂ ਕਿਹੜਾ ਕਿਹੜਾ ਕੰਮ ਨਹੀਂ ਜਦੋਂ 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 ਬਚਪਨ ਦਾ ਕਿਹੜਾ ਕੰਮ ਨਹੀਂ ਸੀ ਜਦੋਂ ਹੌਲ ਨਹੀਂ ਪੈਂਦਾ ਸੀਗਾ ਐ ਹੁੰਦਾ ਸੀ ਖੇਡਣ ਦਿਓ ਕਿਉਂ ਕੁਛ ਵੀ ਕੋਈ ਵੀ ਕੰਮ ਕਹਿੰਦੇ ਸੀ ਹਰੇਕ ਕੰਮ ਨੂੰ ਹੌਲ ਪੈਂਦਾ ਸੀ ਘਰਦਿਆਂ ਦਾ ਕੰਮ ਕਰਨਾ ਕਿਹਨੂੰ ਵਧੀਆ ਲੱਗਦਾ ਵੀ ਜਦੋਂ ਜ਼ਿੰਮੇਵਾਰੀਆਂ ਪੈਂਦੀਆਂ ਨੇ ਜਦੋਂ ਬਲਦ ਵਾਂਗੂ ਪੰਜਾਲੀ ਤੁਹਾਡੇ ਗਲ 'ਚ ਪੈ ਜਾਂਦੀ ਹੈ ਉਦੋਂ ਬਾਅਦ ਕੰਮ ਕਰਨੇ ਆਉਂਦੇ ਨੇ ਉਦੋਂ ਪਹਿਲਾਂ ਤਾਂ ਆਉਂਦੇ ਨਹੀਂ ਉਦੋਂ ਪਹਿਲਾਂ ਤਾਂ ਹਰੇਕ ਚੀਜ਼ ਤੋਂ ਭੱਜਦਾ ਰਹਿੰਦਾ ਅੱਛਾ ਰਜਤ ਭਾਜੀ ਤੁਹਾਡੇ ਤੋਂ ਮੈਂ ਪੁੱਛਣਾ ਸੀਗਾ ਕਿ ਇਹ ਵਿਚਾਰਾ ਨਾਮ ਕਿਉਂ ਦਿੱਤਾ ਗਿਆ ਕੀ ਐਸੀ ਸੁਣੀ ਕੈਰੈਕਟਰ ਇਹਦਾ ਦਾ ਹੈਗਾ ਕਿ ਪੋਲਾ ਪੋਲਾ ਬੰਦਾ ਹੈ ਔਰ ਮੈਂ ਪਹਿਲੀ ਵਾਰੀ ਮੈਨੇ ਕਾਫੀ ਕਿਰਦਾਰਾਂ ਦੇ ਵਿੱਚ ਕੰਮ ਕੀਤਾ ਹੋਇਆ ਇਦਾਂ ਦਾ ਕੰਮ ਕਦੇ ਵੀ ਨਹੀਂ ਕੀਤਾ ਜਿਹੜਾ ਇੱਕ ਪੋਲਾ ਬੰਦਾ ਹੈ ਵਿਚਾਰਾ ਹੈਗਾ ਤੇ ਮੈਨੂੰ ਸਮੀਪ ਭਾਜੀ ਨੇ ਮੌਕਾ ਦਿੱਤਾ ਔਰ ਉਹ ਵੀ ਇਹਨੇ ਦਿੱਗਜ ਐਕਟਰਾਂ ਦੇ ਨਹੀਂ ਬਟ ਮੈਨੂੰ ਬਹੁਤ ਅੱਛਾ ਲੱਗਿਆ ਸਾਰੇ ਦਿਨ ਹਿੰਦੀ ਫਿਲਮ ਤੁਸੀਂ ਦੇਖਿਆ ਹੋਣਾ ਵੀ ਚਾਕੂ ਚੂਕੂ ਕੱਢ ਕੇ ਚਾਕੂ ਇੱਧਰ ਚਾਕੂ ਇੱਧਰ ਪਾਸੇ ਪਿਸਤੌਲ ਕਿਸੇ ਦੀ ਲੱਤ ਤੋੜਤੀ ਕਿਸੇ ਦੀ ਬਾਂਹ ਤੋੜਤੀ ਅਸੀਂ ਇੱਥੇ ਐਸੀ ਇੱਥੇ ਵਿਚਾਰਾ ਬਣ ਲਿਆ ਤੁਸੀਂ ਐਂ ਦੇਖੋ ਇਹਦੀਆਂ ਫਿਲਮਾਂ ਦੇਖ ਦੇਖ ਕੇ ਹਿੰਦੀ ਐਂ ਲੱਗਦਾ ਸੀ ਵੀ ਹੁਣ ਵੀ ਇਹਦੇ ਜੋ ਨੈਗੇਟਿਵਿਟੀ ਨਾ ਜਾ ਪਏ ਵੀ ਆ ਕੇ ਕਿਸੇ ਨੂੰ ਮਾਰਨ ਲੱਗ ਜੇ ਬਾਈ ਸਾਡਾ ਮੈਂ ਸੱਚੀ ਗੱਲ ਹੈ ਮੈਂ ਲੋਕਾਂ ਨੂੰ ਕੁੱਟਦਾ ਸੀ ਫਿਲਮਾਂ ਦੇ ਵਿੱਚ ਮੈਂ
ਉਂਗਲੀਆਂ ਹੁਣ ਐਕਸ਼ਨ ਆਊਗਾ ਹੁਣ ਕੁੱਟੂਗਾ ਭਾਜੀ ਉਹਨਾਂ ਨੂੰ ਮੌਕਾ ਹੀ ਨਹੀਂ ਦਿੱਤਾ ਜਿੱਥੇ ਐਕਸ਼ਨ ਆ ਗਿਆ ਅੱਗੇ ਚਲੇ ਗਿਆ ਨਹੀਂ ਪਰ ਬਹੁਤ ਬਹੁਤ ਸੋਹਣਾ ਭੋਲੇ ਵਾਲਾ ਕਿਰਦਾਰ ਜਿਹੜਾ ਕਰੈਕਟਰ ਨਾ ਕਰੈਕਟਰ ਬਾਈ ਨੇ ਫੜਿਆ ਬਹੁਤ ਵਧੀਆ ਮੇਰਾ ਭਰਾ ਕਮਾਲ ਹੈ ਹੀ ਹੈ ਕੀ ਬਾਤ ਹੈ ਅੱਛਾ ਇਹ ਹਨਾ ਜੀ ਤੁਸੀਂ ਬਾਲੀਵੁੱਡ ਦਾ ਵੀ ਕਰਦੇ ਹੋ ਹੈ ਨਾ ਪੰਜਾਬ ਦੇ ਵਿੱਚ ਵੀ ਕੰਮ ਕਰਦੇ ਹੋ ਪੰਜਾਬੀ ਸਿਨੇਮਾ ਦੀ ਤੁਹਾਨੂੰ ਸਭ ਤੋਂ ਬੈਸਟ ਗੱਲ ਕੀ ਲੱਗਦੀ ਹੈ ਕਿ ਯਾਰ ਇਹ ਚੀਜ਼ਾਂ ਕਰਕੇ ਨਾ ਮੈਨੂੰ ਸਵਾਦ ਆ ਜਾਂਦਾ ਜਦੋਂ ਮੈਂ ਪੰਜਾਬੀ ਸਿਨੇਮਾ ਦੇ ਵਿੱਚ ਕੰਮ ਕਰਦਾ ਜਿਹੜੇ ਆਪਾਂ ਹੁਣ ਇੱਥੇ ਬੈਠੇ ਕਰਦੇ ਹਾਂ ਹੈ ਨਾ ਇਹ ਜਿਹੜਾ ਫਨ ਐਂਡ ਮਸਤੀ ਹੈ ਹੈ ਨਾ ਇਹ ਆਪਾਂ ਨੂੰ ਪੰਜਾਬ 'ਚ ਮਿਲੇ ਕਿਉਂਕਿ ਆਪਣੇ ਖੂਨ 'ਚ ਹੈ ਆਪਾਂ ਸਾਰੇ ਸੈੱਟ ਦੇ ਉੱਤੇ ਜਿਵੇਂ ਜਦੋਂ ਅਸੀਂ ਇਹ ਮੂਵੀ ਸ਼ੂਟ ਕਰ ਰਹੇ ਸੀਗੇ ਸਾਰੇ ਸੈੱਟ ਦੇ ਉੱਤੇ ਹੈ ਨਾ ਸਾਰੇ ਕੈਰੈਕਟਰ ਅਸੀਂ ਸਾਰੇ ਆਰਟਿਸਟ ਹੈ ਨਾ ਸੋ ਇੰਨਾ ਫਨ ਕਰਦੇ ਸੀਗੇ ਅਸੀਂ ਇੰਨਾ ਫਨ ਕਰਦੇ ਸੀਗੇ ਕਿ ਤੁਹਾਨੂੰ ਪਤਾ ਨਹੀਂ ਚੱਲਦਾ ਸੀਗਾ ਸ਼ੂਟ ਕਦੋਂ ਖਤਮ ਹੋ ਗਿਆ ਫਿਰ ਬਾਕੀ ਦੂਸਰੀ ਚੀਜ਼ ਮੈਨੂੰ ਗੋਲ ਗੱਪੇ ਨਹੀਂ ਮਿਲੇ ਸੀਗੇ ਨਾ ਉੱਥੇ ਇਹ ਤਾਂ ਕਈ ਵਾਰੀ ਦੂਜੇ ਦਿਨ ਉੱਥੇ ਉਠਾਉਣੇ ਪੈਂਦੇ ਸੀ ਉੱਥੇ ਬੈਠੇ ਕਹਿੰਦੇ ਕੱਲ੍ਹ ਗਏ ਸੀ ਇੰਨਾ ਹਾਂ ਇੰਨਾ ਕੀ ਬਾਤ ਹੈ ਅੱਛਾ ਨਵਨੀਤ ਜੀ ਤੁਸੀਂ ਮੈਨੂੰ ਲੱਗਦਾ ਕਿ ਬੜੇ ਸ਼ਾਂਤ ਜੇ ਸੁਭਾਅ ਦੇ ਹੋ ਸੱਚੀ ਗੱਲ ਹੈ ਹੈ ਨਾ ਬੋਲਦੇ ਹੋ ਤੁਸੀਂ ਗੱਪ ਕਰਦੇ ਹੋ ਕਿ ਮੈਨੂੰ ਲੱਗਦਾ ਕਿ ਸਿਰਫ ਸਾਰਿਆਂ ਨੂੰ ਸੁਣਦੇ ਹੋ ਤੁਸੀਂ ਨਹੀਂ ਹੁਣ ਮੈਨੂੰ ਮਜ਼ਾ ਆ ਰਿਹਾ ਨਾ ਅੱਛਾ ਫਿਲਮ ਕਰਕੇ ਕਿੰਨਾ ਕੰਮ ਸਾਰੇ ਵਧੀਆ ਮਜ਼ਾਕ ਜਾ ਕਰ ਰਹੇ ਮੈਨੂੰ ਮਜ਼ਾ ਆ ਰਿਹਾ ਕੀ ਬਾਤ ਹੈ ਇੰਜੋਏ ਕਰਦੇ ਤੁਸੀਂ ਪੂਰਾ ਫੁੱਲ ਇੰਜੋਏ ਕਰ ਰਹੇ ਇੱਕ ਬੰਦੇ ਨੇ ਸੁਣਨਾ ਵੀ ਚਾਹੀਦਾ ਨਾ ਹਾਂ ਗੁੱਡ ਲਿਸਨਰ ਸਾਰੇ ਬੋਲਦੇ ਰਹੇ ਸੁਣਨਾ ਕੀ ਨੇ ਅੱਛਾ ਭਾਜੀ ਮੈਨੂੰ ਆ ਦੱਸੋ ਕਿ ਇੱਕ ਟਾਈਮ ਨਾ ਐਸਾ ਸੀਗਾ ਬਿੰਨੂ ਢਿੱਲੋ ਦਾ ਕਿ ਹਰ ਫਿਲਮ ਦੇ ਵਿੱਚ ਹਰ ਜੇ 10 ਫਿਲਮਾਂ ਰਿਲੀਜ਼ ਹੋ ਰਹੀਆਂ ਤੇ 8 ਮੂਵੀਜ਼ ਦੇ ਵਿੱਚ ਬਿੰਨੂ ਢਿੱਲੋ ਜੀ ਸਾਨੂੰ ਦੇਖਣ ਨੂੰ ਮਿਲਦੇ ਹੀ ਮਿਲਦੇ ਸੀਗੇ ਬਟ ਹੁਣ ਉਹ ਜਿਹੜੀ ਤੁਹਾਡੀ ਪ੍ਰੈਜ਼ੈਂਸ ਹੈ ਜਾਂ ਫਿਲਮਾਂ ਕਰਨੀਆਂ ਤੁਸੀਂ ਘੱਟ ਕਿਉਂ ਕਰ ਦਿੱਤੀਆਂ ਇਹ ਮੂਵੀ ਮੈਨੂੰ ਲੱਗਦਾ ਕਿ ਬਹੁਤ ਟਾਈਮ ਪਹਿਲਾਂ ਦੀ ਸ਼ੂਟ ਹੋਈ ਹੈ ਜੋ ਹੁਣ ਰਿਲੀਜ਼ ਹੋ ਰਹੀ ਹੈ ਕਿ ਚੂਜ਼ੀ ਹੋ ਗਿਆ ਫਿਲਮਾਂ ਲੈ ਕੇ ਹੁਣ ਚੂਜ਼ੀ ਨਹੀਂ ਜੀ ਉਦੋਂ ਮੈਂ ਕਿਰਦਾਰ ਛੋਟੇ ਛੋਟੇ ਕਰਦਾ ਸੀ ਉਦੋਂ 10 ਮਿੰਟ ਦਾ ਕਰ ਲਿਆ 15 ਮਿੰਟ ਦਾ ਜਿੰਦੀ ਜਿਹੜੇ ਸਪੋਰਟਿੰਗ ਆਰਟਿਸਟ ਹੁੰਦੇ ਆ ਤਾਂ ਐਜ਼ ਨਾ ਉਦਾਂ ਕਰਦਾ ਸੀਗਾ ਜੀ ਤੇ ਉਦੋਂ ਬਾਅਦ ਥੋੜਾ ਥੋੜਾ ਮੈਨੂੰ ਲੱਗਿਆ ਮੇਨ ਲੀਡ ਕਰ ਲੈਣਾ ਚਾਹੀਦਾ ਤਾਂ ਮੇਨ ਲੀਡ ਕਰਨ ਵਾਸਤੇ ਜਿੰਨਾ ਘੱਟ ਦੇਖੋਗੇ ਤਾਂ ਵਧੀਆ ਹੈ ਨਾ ਆਪਦੇ ਆਪ ਨੂੰ ਫਿਰ ਮੇਨ ਲੀਡ ਤੁਸੀਂ 2 ਜਾਂ 3 ਜਾਂ 4 ਮੂਵੀਜ਼ ਕਰ ਸਕਦੇ ਹੋ ਮੈਕਸੀਮਮ ਭਾਜੀ ਇੱਕ ਹੋਰ ਗੱਲ ਇਹ ਨਿਊ ਟੈਲੈਂਟ ਨੂੰ ਮੌਕਾ ਦੇ ਰਹੇ ਨੇ ਅੱਗੇ ਆਉਣ ਲਈ ਨਿਊ ਟੈਲੈਂਟ ਨਹੀਂ ਇੰਨਾ ਭਾਜੀ ਭਾਜੀ ਸਾਨੂੰ ਵੀ ਮੌਕਾ ਦੋ ਆਉਣ ਲਈ ਇੰਡਸਟਰੀ ਦੇ ਵਿੱਚ ਇਹ ਸਾਨੂੰ ਮੌਕਾ ਦੇ ਨਿਊ ਟੈਲੈਂਟ ਤੁਹਾਨੂੰ ਯਾਦ ਹੈ ਤੁਸੀਂ ਹੁਣ ਤੱਕ ਕਿੰਨੀਆਂ ਮੂਵੀਜ਼ ਕਰ ਚੁੱਕੇ ਹੋ 100 ਨਹੀਂ ਮੇਰੀ ਪਹਿਲੀ ਪੰਜਾਬੀ ਫਿਲਮ ਨਵੀਂ ਇੰਡਸਟਰੀ ਅੱਛਾ ਵੈਸੇ ਤੁਹਾਨੂੰ ਯਾਦ ਹੈ ਕਿੰਨੀਆਂ ਮੂਵੀਜ਼ ਹੁਣ ਤੱਕ ਤੁਸੀਂ ਕਰ ਚੁੱਕੇ ਹੋ 50-60 50-60 ਕਰ ਚੁੱਕੇ ਹੋ ਹੈ ਨਾ ਇੱਕ ਛੋਟੀ ਜਿਹੀ ਗੇਮ ਹੈ ਤੁਸੀਂ ਸਾਰਿਆਂ ਨੂੰ ਦੱਸਣਾ ਹੈ ਨਾ ਮੈਂ ਪੰਜਾਬੀ ਐਕਟਰਸ ਦੇ ਨਾਮ ਲਊਂਗਾ ਕੁਝ ਨਾਮ ਐਸੇ ਕੁਝ ਨਾਮ ਹੈ ਅਤੇ ਉਹ ਤੁਸੀਂ ਦੱਸਣਾ ਕਿ ਇਹ ਜੇ ਗੋਲਗੱਪਾ ਦੇ ਅਕੋਰਡਿੰਗ ਤੁਸੀਂ ਇਹਨਾਂ ਨੂੰ ਦੱਸਣਾ ਹੋਵੇ ਕਿ ਇਹ ਖੱਟਾ ਹੈ ਇਹ ਮਿੱਠਾ ਹੈ ਇਹ ਤਿੱਖਾ ਹੈ ਨਾ ਕਿਉਂ ਕਿਹੜੇ ਨਹੀਂ 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 ਕੰਟਰੋਵਰਸੀਅਲ ਨਹੀਂ ਠੀਕ ਹੈ ਓਕੇ ਸੋਨਮ ਬਾਜਵਾ ਜਿਹਨੂੰ ਲੱਗਦਾ ਕਿ ਹਾਂ ਯਾਰ ਇਹ ਤਾਂ ਬੜਾ ਸਵੀਟ ਜਿਹਾ ਗੋਲਗੱਪਾ ਜਾਂ ਖੱਟਾ ਜਿਹਾ ਹੈ ਨਾ ਮਿੱਠਾ ਜਿਹਾ ਖੱਟਾ ਮਿੱਠਾ ਓਕੇ ਸਰਗੁਣ ਮਹਿਤਾ ਸਵਾਦੀ ਬਹੁਤ ਵਧੀਆ ਮੈਂ ਫੋਟੋ ਲੱਭ ਰਿਹਾ ਸੀ ਉਹਦਾ ਕੀ ਬਾਤ ਨਹੀਂ ਅੱਜ ਹੀ ਤੁਹਾਨੂੰ ਨਿਮਰਤ ਖਹਿਰਾ ਦੇ ਗਾਣੇ ਸੁਣਾਵਾਂਗੇ ਆਪਾਂ ਗੱਡੀ ਜਾਂਦੇ ਜਾਂਦੇ ਭਾਜੀ ਸੁਣਾਇਓ ਠੀਕ ਹੈ ਦੰਦ ਭਾਈ ਕਾਫੀ ਕਾਫੀ ਲੈਣਾ ਪਿਆ ਗੁੜੀਆਂ ਦੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਈ ਜੀ ਜਿਉਂਦੇ ਰਹੋ ਥੈਂਕ ਯੂ ਸੋ ਮਚ